Hello. 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 ਸਤਿ ਸ਼੍ਰੀ ਅਕਾਲ ਭੈਣ ਜੀ, ਕਿੱਥੋਂ ਬੋਲਦੇ ਹੋ? ਸਤਿ ਸ਼੍ਰੀ ਅਕਾਲ ਜੀ. ਭੈਣ ਜੀ ਕਿੱਥੋਂ ਬੋਲਦੇ ਹੋ? ਆਪਣਾ ਨਾਮ ਦੱਸੋਗੇ? ਅਸੀਂ ਮੈਂ ਇੱਥੇ ਬਾਰਵੀਂ ਵਿੱਚ ਬੋਲਦੇ, ਮੇਰਾ ਨਾਮ ਦਰਸ਼ਨ ਕੌਰ ਆ. ਹਾਂਜੀ ਭੈਣ ਜੀ, ਤੁਹਾਡਾ ਸਵਾਗਤ ਕਰਦੇ ਹਾਂ. ਮੈਂ ਬੜੀ ਬਹੁਤ ਥੈਂਕ ਯੂ ਕਰਨ ਲੱਗੀ ਹਾਂ ਕਿ ਮੇਰੇ ਬੇਟੇ ਨੂੰ 20 ਸਾਲ ਤੋਂ ਇੱਦਾਂ ਬਿਮਾਰ ਸੀਗਾ, ਮੈਂ ਬਹੁਤ ਫੀਲ ਲੈ ਕੇ ਉਹਨੂੰ. ਮੈਨੂੰ ਇੰਨੀ ਖੁਸ਼ੀ ਹੋਈ ਕਿ ਮੇਰਾ ਬੇਟਾ ਅੱਜ ਰਹਿਣ ਠੀਕ ਠਾਕ ਆ, ਕੰਮ ਕਰਦਾ ਹੈ. ਤੁਸੀਂ ਡਾਕਟਰ ਜੀ ਨੂੰ ਦੱਸੋ, ਪਤਾ ਲੱਗੇ ਕਿ ਤੁਸੀਂ? ਹਾਂਜੀ, ਮੈਂ ਬਲੀ ਨਾਲ ਦੱਸ ਰਹੀ ਹਾਂ ਕਿ ਬਲੀ ਨੇ ਮੇਰੇ ਬੇਟੇ ਦੀ ਬਹੁਤ ਹੈਲਪ ਕੀਤੀ ਆ. ਮੈਂ ਬਹੁਤ ਖੁਸ਼ ਆ, ਮੈਂ ਤਾਂ ਇਸਨੂੰ ਬਹੁਤ ਸੀਸਾਂ ਵੀ ਦਿੰਦੀ ਹਾਂ ਕਿ ਮੇਰੇ ਬੇਟੇ ਦੀ ਇਹਨੇ ਜ਼ਿੰਦਗੀ ਬਣਾ ਦਿੱਤੀ ਆ. ਤੁਹਾਡੀ ਬਹੁਤ. ਹਰ ਵੇਲੇ ਇਨਸਾਨ ਦੇ ਨਾਲ ਪੈਸਾ ਨਹੀਂ ਨਾਲ ਜਾਂਦਾ, ਜ਼ਿੰਦਗੀ ਵੀ ਇੱਕ ਚੀਜ਼ ਆ ਜਿਹੜੀ ਕਿਸੇ ਦੀ ਗਈ ਹੋਈ ਜ਼ਿੰਦਗੀ ਬਰਾਬਰ ਮੁੜ ਕੇ ਵਾਪਸ ਆਉਣੀ, ਇਹ ਬਹੁਤ ਵੱਡੀ ਗੱਲ ਆ. ਮੇਰੇ ਬੇਟੇ ਜੀ 20 ਸਾਲ ਤੋਂ ਮੈਂ ਤੁਰੀ ਫਿਰਦੀ ਸੀ, ਲੈ ਕੇ ਕਿਤੇ ਆਰਾਮ ਨਹੀਂ ਸੀ ਆਉਂਦਾ, ਪਰ ਬਲੀ ਨੇ ਇੱਦਾਂ ਦੀ ਦਵਾਈ ਦਿੱਤੀ ਆ. ਮੈਂ ਜ਼ਰੂਰ ਪੈਸੇ ਮਗਰ ਨਾ ਜਾਓ, ਬੱਚੇ ਦੀ ਜ਼ਿੰਦਗੀ ਮਗਰ ਜਾਓ. ਜੇ ਤੁਹਾਡੇ ਦੀ ਬੱਚੇ ਦੀ ਜ਼ਿੰਦਗੀ ਆ ਤਾਂ ਸਾਰਾ ਕੁਛ ਆ, ਨਹੀਂ ਤੁਹਾਡੇ ਕੋਲ ਕੁਛ ਨਹੀਂ ਹੈਗਾ. ਜੀ ਡਾਕਟਰ ਸਾਹਿਬ ਹੁਣ ਇਹੀ ਗੱਲ ਕਰਦੇ ਸੀਗੇ, ਬੱਚਿਆਂ ਨੂੰ ਹੁਣੀ ਤੋਂ ਤੁਸੀਂ ਸਿਖਾਓ ਤਾਂ ਕਿ ਉਹਨਾਂ ਨੂੰ ਤੰਦਰੁਸਤ ਛੱਡ ਕੇ ਜਾਓ, ਐਦਾਂ ਹੀ ਤੁਸੀਂ ਇੱਕ ਅੱਛਾ ਕੰਮ ਕਰੋ. ਪਰ ਮੈਂ ਤਾਂ ਆਪਣੇ ਮੈਂ ਤਾਂ ਬਹੁਤ ਜ਼ਿਆਦਾ ਬਲੀ ਨੂੰ ਸੀਸਾ ਦਿੰਦੀ ਹਾਂ ਕਿ ਜਿੰਨਾ ਮੇਰੇ ਬੱਚੇ ਦੀ ਜ਼ਿੰਦਗੀ ਬਗਾਈ, ਘਰ ਘਰ ਏਦਾਂ ਦੇ ਬੱਚੇ ਹੋਣ, ਮੇਰੇ ਬੱਚੇ ਅਰਗ ਸਾਰਿਆਂ ਦੀਆਂ ਜ਼ਿੰਦਗੀਆਂ ਵੱਡੀਆਂ ਵੱਡੀਆਂ ਹੋਣ. ਇੱਕ ਮੇਰਾ ਬੱਚਾ ਹੀ ਆ ਜਿਹਨੇ ਮੇਰੇ ਬੱਚੇ ਦੀ ਜ਼ਿੰਦਗੀ ਬਚਾਈ. ਬਹੁਤ ਮਿਹਰਬਾਨੀ. ਦੇਖੋ, ਮੈਂ ਤਾਂ ਇਸ ਦਾ ਬਹੁਤ ਸ਼ੁਕਰੀਆ ਕਰਦੀ ਹਾਂ. ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੇਰੀ ਫੈਮਿਲੀ ਜਾਂ ਮਾਸੀ ਕਿੰਨੇ ਖੁਸ਼ ਹੈ ਇਸ ਲਈ. ਭਾਜੀ ਜਿਹੜਾ ਨੇਕ ਕੰਮ ਕਰਦੇ ਨੇ ਡਾਕਟਰ ਸਾਹਿਬ, ਸਿੱਧੀ ਜੰਨਤ 'ਚ ਆਪਣੀ ਜਗ੍ਹਾ ਬਣਾ ਰਹੇ ਨੇ. ਮੈਂ ਇਸਦਾ ਦੇਣ ਨਹੀਂ ਕਦੀ ਵੀ ਦੇ ਸਕਦੀ. ਮੈਂ ਇਹਨਾਂ ਨੂੰ ਪਹਿਲਾਂ ਤੋਂ ਪੰਜਾਬ ਰੇਡੀਓ ਤੋਂ ਸੁਣਦੀ ਸੀ, ਪੰਜਾਬ ਰੇਡੀਓ ਤੋਂ ਫਿਰ ਮੈਨੂੰ ਪਤਾ ਲੱਗਾ ਕਿ ਉਦੋਂ ਤੋਂ ਮੈਂ ਇਹਨਾਂ ਨਾਲ ਲੈਨ ਮਿਲਾ ਕੇ ਤਾਂ ਮੈਂ ਇਹਨਾਂ ਨਾਲ ਗੱਲ ਕੀਤੀ ਆ. ਇਨਸਾਨ ਕਿੱਦਾਂ ਦਾ, ਉਹਦੇ ਨਾਲ ਦੇਖ ਕੇ ਸ਼ਕਲ ਦੇ ਨਾਲ ਵਾਕਫਿਤ ਹੋ ਕੇ ਤੁਹਾਨੂੰ ਹੋਰ ਯਕੀਨ ਆ ਜਾਂਦਾ ਹੈ. ਮੈਨੂੰ ਤੇ ਇਹਨਾਂ ਦੀਆਂ ਗੱਲਾਂ ਤੇ ਪਹਿਲਾਂ ਹੀ ਬਹੁਤ ਯਕੀਨ ਆ ਗਿਆ ਸੀ, ਮੈਂ ਪੰਜਾਬ ਰੇਡੀਓ ਵੀ ਕਦੀ ਮਿਸ ਨਹੀਂ ਕੀਤਾ ਸੀਗਾ. ਚਲੋ ਐਨਵੀ ਭਾਜੀ, ਥੈਂਕ ਯੂ ਵੈਰੀ ਮਚ ਤੁਹਾਡੀ ਕਾਲ ਕਰਨ ਦਾ. ਇਸੇ ਤਰ੍ਹਾਂ ਤੁਸੀਂ ਪ੍ਰੋਗਰਾਮ ਦੇਖਦੇ ਰਹੋ ਔਰ ਕਾਲ ਕਰਦੇ ਰਹੋ. ਹਾਂਜੀ, ਮੈਂ ਤਾਂ ਨਾ ਤੁਹਾਡਾ ਅਕਾਲ ਚਾਨਣ ਤੋਂ ਮਿਸ ਕਰਦੀ, ਜਦੋਂ ਪਤਾ ਬਲੀ ਦਾ ਪ੍ਰੋਗਰਾਮ ਆ, ਪਹਿਲਾਂ ਵੈਜੀ ਦਾ ਕੰਮ ਛੱਡ ਕੇ ਵੀ ਪਤਾ ਨਹੀਂ ਹੁਣ ਕਾ ਸਾਨੂੰ ਕਿਹੜੀ ਬਿਮਾਰੀ ਤੋਂ ਪਤਾ ਲੱਗਣਾ ਹੈ. ਅੱਛਾ ਅੱਛਾ, ਤੁਸੀਂ ਕਹਿ ਰਹੇ ਸੀ ਤੁਸੀਂ. ਮੈਂ ਬਹੁਤ ਥੈਂਕ ਯੂ ਕਰਦੀ, ਮੈਂ ਤਾਂ ਕਹਿੰਦੀ ਵੱਡੀ ਵੱਡੀ ਇਹਦੇ ਬੱਚਿਆਂ ਦੀ ਵੀ ਵੱਡੀ ਵੱਡੀ ਉਮਰ ਹੋਵੇ ਜਿਹਨੇ ਦੁਨੀਆਂ ਦੇ ਤਾਂ ਇਹ ਨਾਮ ਕਮਾਇਆ ਹੈ ਮੇਰੇ ਲਈ. ਬਹੁਤ ਮਿਹਰਬਾਨੀ, ਥੈਂਕ ਯੂ ਜੀ ਭਾਜੀ, ਬਹੁਤ ਅੱਛਾ ਲੱਗਿਆ. ਸਤਿ ਸ਼੍ਰੀ ਅਕਾਲ ਜੀ. ਅੱਛਾ ਦੇਖੋ, ਕਿਤਨੀ ਮਜ਼ੇ ਦੀ ਗੱਲ ਹੈ ਕਿ ਮੈਨੂੰ ਵਲੀ ਕਹਿ ਰਹੇ ਸੀ. ਇਹਦੇ ਨਾਲ ਬੜਾ ਮਜ਼ਾ ਆਉਂਦਾ, ਬੜਾ ਇੱਕ ਜਿਹਨੂੰ ਮਾਣ ਹੋਏ, ਮੁਹੱਬਤ ਹੋਏ ਨਾ, ਬਿਲਕੁਲ ਬਿਲਕੁਲ, ਉਹ ਡਾਕਟਰ ਸਾਹਿਬ ਨਹੀਂ ਕਹੇਗਾ, ਉਹ ਵਲੀ ਕਹੇਗਾ, ਪੁੱਤਰ ਬਣਾ ਕੇ ਕਹੇਗਾ. ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਇਹਨਾਂ ਨੇ ਮੈਨੂੰ ਵਲੀ ਕਹਿ ਕੇ ਕਹਿ ਰਹੇ ਸੀ. ਮੈਂ ਬੜਾ ਜਿੱਦਾਂ ਕਿੱਦਾਂ ਕੋਈ ਦੋਸਤੀ ਕਲੋਜ਼ ਹੁੰਦਾ ਉਹੀ ਕਹਿੰਦਾ ਨਾ, ਜਿਹਨੂੰ ਮੁਹੱਬਤ ਹੋਏ, ਮੁਹੱਬਤ ਹੋਏ ਔਰ ਅਸਲ ਦਿਲੋਂ ਮੁਹੱਬਤ ਹੋਏ, ਉਹ ਇਸ ਤਰ੍ਹਾਂ ਫਰੈਂਕ ਹੋ ਕੇ ਔਰ ਬੇਟਾ ਬੇਟੇ ਦੀ ਤਰ੍ਹਾਂ ਪੁੱਤਰ ਦੀ ਤਰ੍ਹਾਂ ਗੱਲ ਕਰਨਗੇ. ਇਹਨਾਂ ਦੇ ਮੈਨੂੰ ਹੈ ਪਤਾ ਐਗਜੈਕਟਲੀ, ਮੇਰਾ ਖਿਆਲ ਉਹੀ ਨੇ. ਇਹਨਾਂ ਦੇ ਬੇਟੇ ਨੂੰ ਇਸ਼ੂ ਸੀ, ਲੇਕਿਨ ਰੱਬ ਨੇ ਬੜਾ ਕਰਮ ਕੀਤਾ ਹੈ. ਅੱਜ ਉਹ ਜੋਬ ਕਰ ਰਿਹਾ ਔਰ ਪੂਰਾ ਘਰ ਹੈਪੀ ਹੈ. ਔਰ ਇਹ ਤਾਂ ਬਹੁਤ, ਮੇਰਾ ਖਿਆਲ 3-4 ਸਾਲ ਪਹਿਲੇ ਮੈਂ ਟ੍ਰੀਟਮੈਂਟ ਕੀਤਾ ਸੀ ਅਤੇ ਉਹ ਠੀਕ ਹੋ ਗਿਆ. ਉਦੋਂ ਤਾਂ ਵਿਚਾਰਾ ਕੰਮ ਵੀ ਨਹੀਂ ਸੀ ਕਰਦਾ. ਪਰ ਵੱਡੀ ਗੱਲ ਦੇਖੋ, ਮਾਂ ਤੁਹਾਨੂੰ ਇੱਕ ਨਾ ਦੁਆ ਦੇ ਰਹੀ ਹੈ, ਕਿੰਨੀ ਦੂਰ ਤੱਕ ਜਾਂਦੀ ਹੈ ਚੀਜ਼, ਇਸ ਲਈ ਮੈਂ ਆਪਣੀ ਬਾਜ਼ਕਤ ਮਿਸਿਜ਼ ਨੂੰ ਵੀ ਕਹਿੰਦਾ ਹੁੰਦਾ ਕਿ ਮੈਨੂੰ ਰੱਬ ਨਾਕਾਮ ਨਹੀਂ ਕਰੇਗਾ, ਮੇਰੇ ਨਾਲ ਦੁਆਵਾਂ ਬੜੀਆਂ ਨੇ. ਦੋ ਚਾਰ ਚੀਜ਼ਾਂ ਮੈਂ ਦੱਸ ਦਿੰਦਾ. ਇੱਕ ਤੇ ਹੈ ਕਿ ਜਿਹੜਾ ਰੂਮਟਾਇਡ ਆਰਥਰਾਈਟਿਸ, ਤੁਸੀਂ ਕਿਉਂਕਿ ਉਸ ਵਕਤ ਇਹ ਦੱਸਿਆ ਸੀ ਕਿ ਕਿਆ ਰੂਮਟਾਇਡ ਆਰਥਰਾਈਟਿਸ ਦਾ ਫੂਡ ਨਾਲ ਤਾਲੁਕ ਹੈ. ਬਹੁਤ ਸਾਰੇ ਲੋਕ ਇਹੋ ਜਿਹੇ ਨੇ ਔਰ ਉਹਨਾਂ ਨੂੰ ਮੈਂ ਕਹਾਂਗਾ ਕਿ ਉਹ ਹੁਣ ਅਬਜ਼ਰਵ ਕਰਨਾ ਸ਼ੁਰੂ ਕਰਨ ਕਿ ਉਹ ਮਸਲ ਕਈ ਲੋਕ ਨੇ ਉਹ ਧਨੀਆ ਖਾਣ ਅਗਰ ਤਾਂ ਉਹਨਾਂ ਦੇ ਗੋਡਿਆਂ 'ਚ ਜੋੜਾਂ 'ਚ ਦਰਦ ਸ਼ੁਰੂ ਹੋ ਜਾਏਗਾ. ਇਹ ਤਜਰਬਾ ਕਰਕੇ ਦੇਖਣਾ. ਪਾਲਕ ਖਾਣ, ਉਹਨਾਂ ਨੂੰ ਪ੍ਰੋਬਲਮ ਹੋ ਜਾਏਗਾ. ਅਸੀਂ ਇਹੋ ਜਿਹੀ ਫੂਡਸ ਨੂੰ ਕਹਿੰਦੇ ਹੁੰਦੇ ਹਾਂ ਸਾਇੰਟੀਫਿਕ ਟਰਮ 'ਚ ਹਾਈ ਆਕਸੀਲੇਟ ਫੂਡ. ਕੁਛ ਖੁਰਾਕਾਂ ਇਹੋ ਜਿਹੀਆਂ ਨੇ ਸਬਜ਼ੀਆਂ 'ਚ ਕਿ ਜਿਹੜੀਆਂ ਖਾਣ ਨਾਲ ਬਾਡੀ ਦੇ ਵਿੱਚ ਇੱਕ ਖਾਸ ਕਿਸਮ ਦਾ ਐਸਿਡ ਬਣਦਾ ਹੈ ਜਿਹਨੂੰ ਓਕਸੈਲਿਕ ਐਸਿਡ ਕਹਿੰਦੇ ਨੇ. ਅੱਛਾ, ਸਾਡੀ ਬਾਡੀ ਕੋਲ ਬਾਕਾਇਦਾ ਟੂਲਸ ਨੇ
ਕਿ ਜੂ ਹੀ ਉਹ ਐਸਿਡ ਬਣੇ ਉਹ ਬਾਡੀ ਉਹਨੂੰ ਫੜ ਕੇ ਤੇ ਫੌਰਨ ਨਿਊਟਰਲਾਈਜ਼ ਕਰਕੇ ਖਤਮ ਕਰ ਦੇਵੇ, ਸਾਲਟ ਬਣਾ ਦੇ, ਐਸਿਡ ਨੂੰ ਖਤਮ ਨਾ ਕਰੇ। ਲੇਕਿਨ ਜਦੋਂ ਬਾਡੀ ਕੋਲ ਉਹ ਟੂਲਸ ਨਹੀਂ ਹੁੰਦੇ, ਉਹ ਇੱਕ ਸਲਫਰ ਗਰੁੱਪ ਦੇ ਨਿਊਟ੍ਰੀਐਂਟ ਨਹੀਂ ਹੁੰਦੇ, ਬਾਡੀ ਉਹ ਕੰਮ ਨਹੀਂ ਕਰ ਸਕਦੀ, ਉਹ ਫਿਰ ਜਾ ਕੇ ਤੁਹਾਡੇ ਜੋੜਾਂ ਨੂੰ, ਛੋਟੇ ਜੋੜਾਂ ਦੇ ਵਿੱਚ ਉਹ ਆਕਸੀਲੇਟ ਡਿਪੋਜ਼ਿਟ ਹੁੰਦੇ ਨੇ ਔਰ ਬੜੀ ਖੌਫਨਾਕ ਕਿਸਮ ਦੀ ਪੇਨ ਹੁੰਦੀ ਹੈ। ਅਤੇ ਜਿਹੜਾ ਰੂਮਟਾਇਡ ਆਰਥਰਾਈਟਸ ਹੈ, ਇਹਦਾ ਯਕੀਨਨ ਤਾਲੁਕ ਹੈ ਫੂਡ ਨਾਲ, ਔਰ ਕੋਈ ਇੱਕ ਫੂਡ ਨਹੀਂ ਹੈ, ਕਿਸੇ ਨੂੰ ਕਿਸੇ ਫੂਡ ਨਾਲ ਹੋਏਗਾ, ਕਿਸੇ ਨੂੰ ਕਿਸੇ ਫੂਡ ਨਾਲ ਹੋਏਗਾ, ਕਿਸੇ ਇਹਦੇ ਲਈ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਤੁਸੀਂ, ਅਸੀਂ ਕਹਿੰਦੇ ਹੁੰਦੇ ਕਿ ਇਲੀਮੀਨੇਸ਼ਨ ਕਰੋ। ਬਿਲਕੁਲ, ਮਸਲਨ ਤੁਸੀਂ ਦੇਖੋ ਕਿ ਮੈਂ ਫਰਜ਼ ਕਰੋ ਕਣਕ ਖਾ ਰਿਹਾ ਵਾਂ ਜਾਂ ਖਾ ਰਹੀ ਹਾਂ ਔਰ ਤੇਲ ਯੂਜ਼ ਕਰ ਰਹੀ ਹਾਂ ਜਾਂ ਫਰੂਟ ਲੈ ਰਹੀ ਹਾਂ ਜਾਂ ਫਲਾਂ ਸਬਜ਼ੀ, ਤੁਸੀਂ ਉਹਨਾਂ 'ਚੋਂ ਇੱਕ ਨੂੰ ਕੱਟ ਕਰੋ ਔਰ ਮਹੀਨਾ ਆਪਣੇ ਆਪ ਨੂੰ ਓਬਜ਼ਰਵ ਕਰੋ। ਅਗਰ ਤੁਸੀਂ ਦੇਖੋ ਕਿ ਸਿਮਟਮ ਇੰਪਰੂਵ ਹੋਏ ਨੇ ਤਾਂ ਇਹਦਾ ਮਤਲਬ ਉਹ ਕਲਪਰੇਟ ਸੀ, ਅਗਰ ਨਹੀਂ ਹੋਏ ਤਾਂ ਉਹਨੂੰ ਵਾਪਸ ਲੈ ਲਓ ਇੱਕ ਹੋਰ, ਇਹਨੂੰ ਅਸੀਂ ਇਲੀਮੀਨੇਸ਼ਨ। ਬਿਲਕੁਲ, ਪਰ ਦੂਸਰੀ ਗੱਲ ਡਾਕਟਰ, ਜਦ ਤੁਸੀਂ ਰਾਤੀ ਸੁਬਾਹ ਅੱਛੇ ਪੈਂਦੇ, ਰਾਤ ਨੂੰ ਸੌਂਦੇ, ਸੁਬਾਹ ਉੱਠਦੇ ਤਕਲੀਫ ਹੁੰਦੀ ਹੈ, ਉਦੋਂ ਤੁਸੀਂ ਆਪਣੇ ਆਪ ਨੂੰ ਖੁਦ ਪਤਾ ਕਰ ਸਕਦੇ ਕਿ ਮੈਂ ਰਾਤੀ ਕੀ ਖਾਧਾ। ਹਾਂਜੀ, ਉਹਦੇ ਨਾਲ ਦੂਸਰਾ ਇਹ ਹੁੰਦਾ ਹੈ ਕਿ ਸਾਡੀ ਬਾਡੀ ਇੱਕ ਹੋਰਮੋਨ ਬਣਾਉਂਦੀ ਹੈ ਜਿਹਨੂੰ ਕੋਰਟੀਸੋਲ ਕਹਿੰਦੇ ਨੇ, ਠੀਕ ਹੈ ਨਾ। ਆਮ ਤੌਰ 'ਤੇ ਜਿਹੜੇ ਰੂਮਟਾਇਡ ਆਰਥਰਾਈਟਸ ਦੇ ਪੇਸ਼ੈਂਟ ਹੁੰਦੇ ਨੇ, ਉਹਨਾਂ 'ਚ ਕੋਰਟੀਸੋਲ ਹੋਰਮੋਨ ਦੀ ਬਹੁਤ ਕਮੀ ਹੁੰਦੀ ਹੈ, ਔਰ ਕੋਰਟੀਸੋਲ ਹੋਰਮੋਨ ਸੁਬਹਾ ਸਾਨੂੰ ਚਾਹੀਦਾ। ਉਹ ਐਂ ਸਮਝੋ ਕਿ ਇੱਕ ਤਰ੍ਹਾਂ ਦਾ ਇਗਨੀਸ਼ਨ ਹੈ, ਜਦੋਂ ਅਸੀਂ ਉੱਠਣਾ, ਸਾਡੀ ਬਾਡੀ 'ਚ ਕਾਫੀ ਉਹ ਹੋਰਮੋਨ ਹੋਣਾ ਚਾਹੀਦਾ ਤਾਂ ਕਿ ਅਸੀਂ ਉੱਠੀਏ ਤਾਂ ਫੁੱਲੀ ਐਕਟਿਵ ਹੋਈਏ, ਸਾਡੀ ਬਾਡੀ ਦੇ ਸਾਰੇ ਔਰਗਨ ਰੈਡੀ ਹੋਣ ਕੰਮ ਕਰਨ ਲਈ। ਲੇਕਿਨ ਜਿਹੜੇ ਰੂਮਟਾਇਡ ਆਰਥਰਾਈਟਿਸ ਦੇ ਪੇਸ਼ੈਂਟ ਹੁੰਦੇ ਨੇ, ਉਹਨਾਂ 'ਚ ਉਹਦੀ ਕਮੀ ਹੁੰਦੀ ਹੈ, ਔਰ ਉਹਦੀ ਵਜ੍ਹਾ ਨਾਲ ਜਦੋਂ ਸੁਬਹਾ ਉੱਠਦੇ ਨੇ ਤਾਂ ਪੂਰੀ ਬਾਡੀ ਸਟਿਫ ਹੋਈ ਹੁੰਦੀ ਹੈ, ਆਹਿਸਤਾ 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 ਫਿਰ ਉਹ ਠੀਕ ਹੁੰਦੇ ਨੇ। ਲੇਕਿਨ ਫਿਰ ਉਹ ਦਿਨ ਨੂੰ 1 ਤੋਂ 3 ਵਜੇ ਦੇ ਦਰਮਿਆਨ ਫਿਰ ਉਹਨਾਂ ਨੂੰ ਇਸ ਤਰ੍ਹਾਂ ਦਾ ਇੱਕ ਪ੍ਰੋਬਲਮ ਹੁੰਦਾ ਹੈ ਕਿ ਉਹਨਾਂ ਨੂੰ ਦਾ ਦਿਲ ਕਰਦਾ ਮੈਂ ਚਾਹ ਕਾਫੀ ਪੀਆਂ, ਅਤੇ ਇਹਦਾ ਤਾਲੁਕ ਐਡਰੀਨਲ ਗਲੈਂਡ ਨਾਲ ਹੁੰਦਾ। ਐਡਰੀਨਲ ਗਲੈਂਡ ਨੂੰ ਠੀਕ ਕਰਨ ਲਈ ਮੈਂ ਸੁਜੈਸਟ ਕਰਦਾ ਹੁੰਦਾ ਕਿ ਯੋਗਾ ਜਿਹੜਾ ਹੈ ਬਹੁਤ ਅੱਛੀ ਚੀਜ਼ ਹੈ, ਠੀਕ ਹੈ ਨਾ। ਕੋਈ ਵੀ ਰਿਲੈਕਸੇਸ਼ਨ ਯੋਗਾ ਕਰੋ, ਉਹਦੇ ਨਾਲ ਵੀ ਤੁਹਾਡੇ ਐਡਰੀਨਲ ਗਲੈਂਡ ਸਟਰੋਂਗ ਹੁੰਦੇ ਨੇ, ਵਾਈਟਮਿਨ ਸੀ ਨਾਲ ਐਡਰੀਨਲ ਗਲੈਂਡ ਸਟਰੋਂਗ ਹੁੰਦੇ ਨੇ, ਜ਼ਿੰਕ ਨਾਲ ਹੁੰਦੇ ਨੇ, ਮੈਗਨੀਸ਼ੀਅਮ ਨਾਲ ਹੁੰਦੇ ਨੇ, ਠੀਕ ਹੈ ਨਾ। ਇਹ ਨਿਊਟ੍ਰੀਐਂਟਸ ਦੋ, ਇਹਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ। ਫਿਰ ਓਮੇਗਾ 3 ਆਇਲ ਜਿਹੜਾ ਹੈ, ਯਾਨੀ ਬੈਸਟ ਐਂਟੀ ਇਨਫਲੇਮੇਟਰੀ ਇੱਕ ਸਮਝ ਲਓ ਨਿਊਟ੍ਰੀਐਂਟ ਹੈ, ਬਜਾਏ ਦੇ ਕਿ ਤੁਸੀਂ ਪੇਨ ਕਿਲਰ ਖਾ ਕੇ ਇਨਫਲੇਮੇਸ਼ਨ ਨੂੰ ਲੁਕੋ ਦਿਓ, ਉਹਦੀ ਜਗ੍ਹਾ 'ਤੇ ਇਹ ਨਹੀਂ ਹੈ ਕਿ ਬਾਡੀ ਨੂੰ ਕੋਈ ਇਹੋ ਜਿਹੀ ਚੀਜ਼ਾਂ ਦਿਓ ਜਿਹਦੇ ਨਾਲ ਉਹ ਇਨਫਲੇਮੇਸ਼ਨ ਨੂੰ ਠੀਕ ਕਰੇ, ਠੀਕ ਹੈ ਨਾ। ਉਹਦੇ 'ਚ ਓਮੇਗਾ 3 ਆਇਲਸ ਜਿਹੜੇ ਨੇ ਬਹੁਤ ਹੀ ਜ਼ਬਰਦਸਤ ਨੇ। ਜਿਹੜੇ ਨਾਨ ਵੈਜ ਲੋਕ ਨੇ ਉਹ ਫਿਸ਼ ਆਇਲ ਦੇ ਕੈਪਸੂਲ ਲੈ ਸਕਦੇ, ਜਿਹੜੇ ਵੈਜੀਟੇਰੀਅਨ ਨੇ ਉਹ ਫਲੈਕਸੀਡ ਲੈ ਸਕਦੇ ਆ, ਇਹ ਵੀ ਬਹੁਤ ਫਾਇਦਾ ਦਿੰਦਾ। ਇਸੇ ਤਰ੍ਹਾਂ ਜਿਵੇਂ ਥੋੜ੍ਹੀ ਦੇਰ ਪਹਿਲੇ ਤੁਸੀਂ ਕਿਹਾ ਸੀ ਵਾਈਟਮਿਨ ਡੀ ਜਿਹੜਾ ਹੈ, ਵਾਈਟਮਿਨ ਡੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਚਾਹੇ ਤੁਹਾਨੂੰ ਆਸਟੀਆਰਥਰਾਈਟਿਸ ਹੈ ਜਾਂ ਤੁਹਾਨੂੰ ਰੂਮਟਾਇਡ ਆਰਥਰਾਈਟਿਸ ਹੈ, ਇਹਦਾ ਵੀ ਬਹੁਤ ਜ਼ਿਆਦਾ ਬੈਨੀਫਿਟ ਹੈ। ਡਾਕਟਰ ਸਾਹਿਬ, ਆਮ ਬਹੁਤ ਜਗ੍ਹਾ 'ਤੇ ਪ੍ਰੋਗਰਾਮ ਦੇਖਿਆ ਜਾ ਰਿਹਾ, ਮੈਂ ਵੀਕਐਂਡ 'ਤੇ ਸ਼ਾਦੀ 'ਤੇ ਕਿਸੇ ਦੇ ਗਿਆ ਸੀਗਾ ਡਾਬੀ ਦੇ ਵਿੱਚ, ਅਤੇ ਉੱਥੇ ਵੀ ਸਭ ਤੁਹਾਨੂੰ ਯਾਦ ਕਰ ਰਹੇ ਸੀਗੇ, ਅਤੇ ਮੇਰਾ ਤਾਂ ਨਾਮ ਉਹ ਤੁਹਾਡੇ ਨਾਲ ਲਿੰਕ ਹੁੰਦਾ ਹੀ ਹੈ ਹਰ ਤਰ੍ਹਾਂ ਦੇ, ਤੁਸੀਂ ਡਾਕਟਰ ਵਾਲੀ ਨਾਲ, ਤੁਸੀਂ ਡਾਕਟਰ ਵਾਲੀ ਨਾਲ ਆਉਂਦੇ ਹੋ, ਅਤੇ ਬੜੀ ਤਾਰੀਫ ਕਰਦੇ ਨੇ ਬੜੇ ਲੋਕਾਂ ਦੇ। ਜਿਹੜਾ ਸਕਿਨ ਦਾ ਕੁਐਸਚਨ ਸੀਗਾ ਇਹ ਡਾਰਬੀ ਤੋਂ ਵੀ ਮੈਨੂੰ ਦਿੱਤਾ ਸੀ ਉਹਨਾਂ ਨੇ, ਅਤੇ ਮੈਂ ਉਹਨਾਂ ਦਾ ਨਾਮ ਨਹੀਂ ਲਿੱਤਾ ਕਿਉਂਕਿ ਸ਼ਾਇਦ ਨਹੀਂ ਚਾਹੁੰਦੇ ਹੋਣਗੇ।